ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੀ ਸਾਰੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੇਲ੍ਹ ਤੋਂ ਬੰਦ ਵਿਕਰਮਜੀਤਿਆ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਅੱਜ ਆਵੜੀ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੱਲਿਆ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਅੱਜ ਤੋਂ ਆ ਲੈਕ ਐਂਡ ਸ਼ੇਅਰ ਵੀ ਕਰ ਦੇਣਾ ਇਸ ਵੇਲੇ ਦੀ ਵੱਡੀ ਖਬਰ ਡਰੱਗ ਮਾਮਲੇ ਦੇ ਵਿੱਚ ਪਟਿਆਲਾ ਜੇਲ੍ਹ ਸੰਬੰਧ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਮ ਸਿੰਘ ਮਜੀਠੀ ਦੇ ਗੈਂਗਸਟਰ ਤੇ ਅੱਤਵਾਦੀਆਂ ਤੋਂ ਜਾਨ ਨੂੰ ਖਤਰਾ ਦੱਸਿਆ ਹੈ ਅੱਜ ਮਹਾਲੀਦਾਲ ਦੇ ਵਿੱਚ ਵੀਡੀਓ ਕਾਨਫਰੈਂਸਾਂਹੀਂ ਪੇਜੀਮ ਪੇਸ਼ੀ ਸੀ ਤੇ ਕਿਹਾ ਗਿਆ ਹੈ ਕਿ ਕੁਝ ਵੀ ਠੀਕ ਨਹੀਂ ਮੈਨੂੰ ਅੱਤਵਾਦੀਆਂ ਤੋਂ ਮੇਰੀ ਜਾਨ ਨੂੰ ਖਤਰਾ ਹੈ ਇਸ ਸੰਬੰਧੀ ਵਕੀਲ ਰਾਹੀਂ ਅਦਾਲਤ ਦੇ ਵਿੱਚ ਅਰਜੀ ਜ਼ਾਇਏ ਕਰਦੇ ਬਿਕਮ ਸਿੰਘ ਮਜੀਠੀ ਨੇ ਕਿਹਾ ਹੈ ਕਿ ਪੁਰਾਣੀ ਬੈਰਕ ਵਿੱਚ ਸ਼ਿਫਟ ਕਰਨ ਦੀ ਮੰਗ ਕੀਤੀ ਹੈ ਮਜੀਠੀ ਨੇ ਕਿਹਾ ਕਿ ਉਹਨਾਂ ਨੂੰ ਕਰਦੇ ਕਦੇਮ ਤੇ ਕਦੇ ਕਿਤੇ ਸ਼ਿਫਟ ਕੀਤਾ ਜਾਂਦਾ ਹੈ ਤੇ ਜਿਸ ਜੇਲ ਵਿੱਚ ਉਹ ਬੰਦੇ ਉਹ ਗੈਂਗਸਟਰ ਤੱਤਵਾਦੀ ਵੀ ਨੇ ਜਿਨ੍ਹਾਂ ਨੂੰ ਉਹਨਾਂ ਨੂੰ ਖਤਰਾ ਹੈ ਅਤੇ ਲੈ ਜਾ ਉਹਨਾਂ ਨੂੰ ਪੱਲੇ ਵਾਲੇ ਸਪੈਸ਼ਲ ਬੈਰਿਕ ਸ਼ਿਫਟ ਕੀਤਾ ਜਾਵੇ ਤੁਹਾਨੂੰ ਦੱਸਦੀ ਕਿ ਵੀ ਦਿਨ ਡਰਗ ਮਾਮਲੇ ਦੇ ਵਿੱਚ 20 ਦਸੰਬਰ ਨੂੰ ਬਿਕਮ ਜਿੱਥੇ ਨੂੰ ਜੇਲ ਦੇ ਵਿੱਚ ਬੰਨ੍ਹ ਕੀਤਾ ਗਿਆ ਸੀ ਹਾਂਜੀ ਤੇ ਨਾਲ ਹੀ ਉਹਨਾਂ ਨੂੰ ਹੁਣ ਜਮਾਨ ਨਾ ਮਿਲਣ ਕਾਨੂੰਨਾਂ ਲਈ ਬਹੁਤ ਵੱਡਾ ਚਟਕਾ ਹੈ ਖਬਰਾਂ ਲਾਸਤ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ